ਸਵਾਗਤ ਹੈ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਲਗਾਤਾਰ ਆਧਾਰ ਕਾਰਡ ਨੂੰ ਲੈ ਕੇ ਜੋ ਬ੍ਰੀਚ ਹੋਇਆ ਉਹਦੇ ਤੇ ਹੋ ਰਹੀ ਹੈ ਦਰਸ਼ਕਾਂ ਤੋਂ ਸਵਾਲ ਹੈ ਕਿ ਆਧਾਰ ਕਾਰਡ ਜਾਣਕਾਰੀ ਲੀਕ ਕਾਂਡ ਦਾ ਪੂਰਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ ਕੁਝ ਕਾਲਰ ਇਸ ਵਕਤ ਬਣੇ ਹੋਏ ਨੇ ਮਲੋਟ ਤੋਂ ਨੇ ਬਲਦੇਵ ਪਹਿਲੇ ਕਾਲਰ ਬਲਦੇਵ ਸਵਾਗਤ ਹੈ ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਜੀ ਆਜੀ ਇੱਕ ਗੱਲ ਨਾਲ ਵੀ ਸਾਹੇ ਹਾਲ ਕਰਨ ਵਾਲੀ ਗੱਲ ਹੈ ਉਸਾ ਦੇ ਮਤਲਬ ਜੋ ਸਭ ਸਿਟੀ ਜਿਵੇਂ ਬੈਸਲੈਂਡ ਰਹੇ ਕੋਈ ਕਹਿੰਦਾ ਸਾਡੇ ਬੈਸਿਕ ਦੇਣਾ ਬੈਠਾ ਬਣਿਆ ਤਾਂ ਪੰਜਾਬ ਨੂੰ ਬੰਦੇ ਬੈਠੇ ਰਹੇ ਉਹ ਅਗਰ ਮੇਰੀਆਂ ਸਭ ਸਿਟੀ ਜਿਵੇਂ ਉਹ ਕੋਲ ਬੰਦਾ ਖੜਾ ਲੈਣਾ ਪੈਂਦਾ ਇਹਦੇ ਖੜੇ ਹੋ ਗਏ ਸੋਨੇ ਨੂੰ 200 200 ਸਾਲ ਆਪਾਂ ਕਰਨੇ ਪੁੱਛੇ ਕੱਢੀ ਬੋਲਾ ਭਗਲਾ ਕੇ ਲਾਉਣੇ ਆਈਏ ਉੱਤੇ ਬੈਂਕ ਤੇ ਐਸੀ ਉਸ ਬੈਂਕ ਤੇ ਅਜਾ ਉਹ ਜਿਹੜੇ ਜਿਹਨਾਂ ਨੂੰ ਜਾ ਕੇ ਪੁੱਛਿਆ ਕਿ ਉਹਨੇ ਕਾਹਵੇਂ ਖਿਲਾ ਦੇ ਮੈਂ ਮੈਂ ਲਾਵਾ ਲੈ ਤਸੀ ਬਾਅਦ ਮੈਂ ਪੁੱਛਿਆ ਤੇ ਬਈ ਗ੍ਰੀ ਲਿਖਿਆ ਤੂੰ ਬਈ ਕਿ ਇਹ ਚੋਂ ਮਿਲੂ ਰਿਹਾ ਜੇ ਉਹਨੇ ਸਾਰੇ ਕੁਝ ਬਿਲੋ ਪੈਸੇ ਦੇ ਦਿੱਤੇ ਤੇ ਸਾਫ ਠੀਕ ਹੈ ਇਸੇ ਤਰ੍ਹਾਂ ਦੀਆਂ ਕਈ ਜੜੀਆਂ ਰਿਪੋਰਟਾਂ ਨੇ ਸਾਹਮਣੇ ਆ ਰਹੀਆਂ ਨੇ ਜਦੋਂ ਕਿਸੇ ਦੇ ਆਧਾਰ ਕਾਰਡ ਦਾ ਇਸਤੇਮਾਲ ਕਰਕੇ ਕੋਈ ਫਾਇਦਾ ਲੈ ਗਿਆ ਜਾਂ ਕੋਈ ਪੈਸੇ ਦੇ ਵਿੱਚੋਂ ਜਿਹੜਾ ਬੈਂਕ ਦੇ ਵਿੱਚ ਇਸਤੇਮਾਲ ਕਰ ਗਿਆ ਜਾਂ ਕੋਈ ਹੋਰ ਇਸਤੇਮਾਲ ਕਰ ਗਿਆ ਬਹੁਤ ਸ਼ੁਕਰੀਆ ਬਲਦੇਵ ਆਪਣੀ ਜਾਣਕਾਰੀ ਜੀ ਸਾਂਝੀ ਕਰਨ ਲਈ ਆਪਣੀ ਗੱਲ ਰੱਖਣ ਦੇ ਲਈ ਪ੍ਰੋਫੈਸਰ ਮਨਜੀਤ ਸਿੰਘ ਪ੍ਰੋਫੈਸਰ ਸਾਹਿਬ ਇਹ ਰੋਬਰੀ ਮੰਨੀ ਜਾਵੇ ਜਾਂ ਇਹਨੂੰ ਰੋਬਰੀ ਦੀ ਤਰ੍ਹਾਂ ਹੀ ਡੀਲ ਕੀਤਾ ਜਾਵੇ ਜਿਹੜੇ ਵੀ ਇਹ ਵੈਂਡਰਸ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਉਹਨਾਂ ਤੇ ਉਸੇ ਤਰ੍ਹਾਂ ਦੇ ਕੇਸ ਪਾਏ ਜਾਣ ਜਿਸ ਤਰ੍ਹਾਂ ਦੇ ਇੱਕ ਰੋਬਰੀ ਦੇ ਹੁੰਦੇ ਆ ਇਹ ਛੋਟੀ ਮੋਟੀ ਗੱਲ ਨਹੀਂ ਇਹਨੂੰ ਲੈਣੀ ਚਾਹੀਦੀ ਸ਼ਾਇਦ ਬਿਲਕੁਲ ਨਹੀਂ ਨਹੀਂ ਸਭ 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 ਤੋਂ ਪਹਿਲਾਂ ਤੇ ਇਹ ਇਹਦੇ ਚ ਜਿਹੜੀ ਬਰੀਚ ਦੇ ਉੱਤੇ ਰਿਸਪੌਂਸੀਬਲ ਗਵਰਨਮੈਂਟ ਨੂੰ ਕਰਨਾ ਚਾਹੀਦਾ ਗਵਰਨਮੈਂਟ ਦੇ ਵਿੱਚ ਜਿਹੜੇ ਵੀ ਬੰਦੇ ਜਿਹੜੇ ਇਸ ਗੱਲ ਨੂੰ ਬਾਰ-ਬਾਰ ਲੋਕਾਂ ਨੂੰ ਇਹ ਕਹਿੰਦੇ ਸੀ ਕਿ ਨਹੀਂ ਪ੍ਰਾਈਵੇਸੀ ਰਹੂਗੀ ਪ੍ਰਾਈਵੇਸੀ ਸਾਨੂੰ ਉਦੋਂ ਵੀ ਲੱਗਦਾ ਸੀ ਜਿੱਦਣ ਆਧਾਰ ਕਾਰਡ ਬਣੇ ਉਦੋਂ ਇਹ ਮੇਲੇ ਲੱਗ ਲੱਗੇ ਤੇ ਬਣੇ ਸੀਗੇ ਕਿਹੜੇ ਬੰਦੇ ਜ਼ਿੰਮੇਵਾਰ ਪ੍ਰਾਈਵੇਟ ਪ੍ਰਾਈਵੇਟ ਲੋਕਾਂ ਨੂੰ ਜਿਹੜੇ ਠੇਕੇ ਦਿੱਤੇ ਹੋਏ ਸੀਗੇ ਆਧਾਰ ਕਾਰਡ ਬਣਾਉਣ ਲਈ ਛੋਟੇ-ਛੋਟੇ ਠੇਕੇਦਾਰਾਂ ਨੂੰ ਕੀ 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 ਤੁਹਾਡੇ ਕੋਲ ਸਿਕਿਉਰਿਟੀ ਹੈ ਕਿ ਉਹ ਜਿਹੜਾ ਇਨਫਰਮੇਸ਼ਨ ਕੰਪਿਊਟਰ ਚ ਪਾਈ ਜਾਂਦੀ ਹੈ ਕਿਸੇ ਨੂੰ ਹੌਲੀ ਜਿਹੀ ਪੜਾ ਨਾ ਦੇਣਗੇ ਇੱਥੇ ਇੱਥੇ ਸਾਡਾ ਕਿਹੜਾ ਦੇਸ਼ ਇਸ ਤਰ੍ਹਾਂ ਦਾ ਹੈਗਾ ਠੇਕੇਦਾਰਾਂ ਨੂੰ ਕਿਹੜਾ ਨਹੀਂ ਜਾਣਦਾ ਇੱਥੇ ਵੀ ਕਿਸ ਤਰ੍ਹਾਂ ਦਾ ਸਾਡਾ ਦੇਸ਼ ਚੱਲਦਾ ਹੈ ਈਵਨ ਯਾਨੀ ਮੈਨੂੰ ਲੱਗਦਾ ਕਿ ਜਿਹੜੀ ਇਹਦੀ ਸਾਰੀ ਸ਼ੁਰੂਆਤ ਹੀ ਸੀ ਉਹਦੇ ਚ ਕੋਈ ਸੀਰੀਅਸ ਨੈਸ਼ਨ ਨਹੀਂ ਸੀ ਲੋਕਾਂ ਦਾ ਬੇਵਕੂਫ ਬਣਾਇਆ ਗਿਆ ਅਸੀਂ ਜਿੰਨੇ ਕ ਬੋਲਣ ਬਾਲਣ ਵਾਲੇ ਸੀ ਰੋਣਾ ਰੱਪਾ ਪਾਇਆ ਪਾਰੇ ਸਾਡੇ ਨੱਕ 'ਚ ਦਮ ਕਰਕੇ ਸਾਡੇ ਟੈਲੀਫੋਨਾਂ ਦੇ ਆ ਮੇਰੇ ਨਾਲ ਬਿਠੇ ਆ ਸਾਥੀ ਜਿਹੜੇ ਸਪੀਕਰ ਬੋਲ ਰਹੇ ਆ ਮੈਂ ਪੁੱਛਿਆ ਮੈਂ ਕਿਹਾ ਮੈਂ ਤੇ ਬੜਾ ਜ਼ੋਰ ਲਾਇਆ ਆਪਣੇ ਨੰਬਰ ਨਹੀਂ ਦੇਣੇ ਟੈਲੀਫੋਨਾਂ ਨੂੰ ਪ੍ਰਾਈਵੇਟ ਕੰਪਨੀ ਨੂੰ ਕਿਉਂ ਦੇਈ ਆ ਧਾਰ ਕੱਟਦਾ ਸੀ ਆਪਣਾ ਨੰਬਰ ਜਿਹੜਾ ਤੇ ਉਹਨਾਂ ਨੇ 4-4 5-5 ਫੋਨ ਰੋਜ਼ ਕਰਕੇ ਅਸੀਂ ਦਿੱਤੇ ਆ ਔਰ ਜਿਹੜੇ ਉਹ ਕਨੈਕਟ ਕਰਵਾਏ ਆ ਬਿਲਕੁਲ ਗੁਰਪ੍ਰੀਤ ਜੀ ਉਹ ਕੋਈ ਵੀ ਬੰਦਾ ਕਰ ਦਿੰਦਾ ਸੀ ਜ਼ਰੂਰੀ ਨਹੀਂ ਉਹ ਕੰਪਨੀ ਕਰਦੀ ਸੀਗੀ ਜਾ ਕੇ ਇੱਕ ਤੁਸੀਂ ਕਿਸੇ ਵੀ ਦੁਕਾਨ ਤੋਂ ਤੁਸੀਂ ਕਹੋ ਉਹ ਕਹਿੰਦਾ ਜੀ ਹਾਂ ਮੇਰੇ ਕੋਲ ਵੀ ਹੈਗਾ ਮੈਂ ਵੀ ਕਨੈਕਟ ਕਰ ਦਿੰਦਾ ਹਾਂ ਦਾ ਮਤਲਬ ਉਹਨੂੰ ਵੀ ਐਕਸੈਸ ਸੀਡ ਕੱਟਦੀ ਮੈਂ ਕਰਵਾਇਆ ਇੰਜ ਆਪਣਾ ਇਸ ਕਰਕੇ ਇਹ ਤੇ ਇੱਕ ਤਮਾਸ਼ਾ ਹਾਂ ਬਿਲਕੁਲ ਇੱਕ ਤਮਾਸ਼ਾ ਬਣ ਗਿਆ ਹੈ ਔਰ ਇਸ ਗੱਲ ਨੂੰ ਜੇ ਗਵਰਨਮੈਂਟ ਨੇ ਸੀਰੀਅਸਲੀ ਨਹੀਂ ਲਿਆ ਤੇ ਸਾਡੇ ਪੂਰੇ ਦੇਸ਼ ਨੂੰ ਵੱਡਾ ਵੱਡਾ ਇਹਦਾ ਖਮਿਆਜਾ ਪੁੱਟਣਾ ਪਊਗਾ ਔਰ ਆਮ ਆਦਮੀ ਪਾਰਟੀ ਦਾ ਸਤਵੀਰ ਇਹਨਾਂ ਦਾ ਕੇਸ ਚੱਲਣਾ ਚਾਹੀਦਾ ਸਿਟੀਜ਼ਨ ਵੱਲੋਂ ਬਿਲਕੁਲ ਉਹਨਾਂ ਨੂੰ ਠੀਕ ਹੈ ਸਤਵੀਰ ਵਾਲਿਆ ਇਹ ਜਿਹੜੀ ਇੰਨੀ ਜਲਦਬਾਜ਼ੀ ਇਹ ਤਾਂ ਲੱਗਦਾ ਵੀ ਬਹੁਤ ਜਲਦਬਾਜ਼ੀ ਹੋ ਰਹੀ ਹੈ ਆਧਾਰ ਨੂੰ ਲੈ ਕੇ ਆਧਾਰ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਫ਼ ਹੋਣ ਦੀ ਲੋੜ ਹੈ ਬਹੁਤ ਸਾਰੇ ਸ਼ੰਕੇ ਨੇ ਉਹਨਾਂ ਨੂੰ ਪਹਿਲਾਂ ਕਲੀਅਰ ਕਰਨ ਦੀ ਲੋੜ ਸੀ ਫਿਰ ਅੱਗੇ ਵਧਣਾ ਚਾਹੀਦਾ ਸੀ ਬੜੀ ਜਲਦਬਾਜ਼ੀ ਕਰ ਲਈ ਆਧਾਰ ਨੂੰ ਲੈ ਕੇ ਦੇਖੋ ਜੀ ਮੈਂ 3 ਪੁਆਇੰਟ ਦੇਖੋ ਮੈਂ ਉਹਨਾਂ ਤੋਂ 3 ਪੁਆਇੰਟਾਂ 'ਚ ਮੈਂ ਆਪਣੀ ਗੱਲ ਰੱਖਣੀ ਚਾਹਾਂਗਾ ਮੈਨੂੰ ਥੋੜਾ ਜਿਹਾ ਟਾਈਮ ਦਿਓ ਕਿਉਂਕਿ ਬਾਰੀ ਮੇਰੀ ਪਹਿਲਾਂ ਵੀ ਨਹੀਂ ਆਈ ਹੂੰ ਤੇ ਪਹਿਲਾਂ ਤਾਂ ਇੱਕ ਸੋਸ਼ਲ ਸਿਕਿਉਰਿਟੀ ਨੰਬਰ ਹੁੰਦਾ ਫੋਰਨ ਕੰਟਰੀ 'ਚ ਜਿਹੜਾ ਕਿ ਹਰੇਕ ਬੰਦੇ ਦੀ ਹਰੇਕ ਨਾਗਰਿਕ ਦੀ ਪਛਾਣ ਹੁੰਦਾ ਹੂੰ ਆਪਾਂ ਉਸ ਸੋਸ਼ਲ ਸਿਕਿਉਰਿਟੀ ਨੰਬਰ ਦੇ ਹਾਵ ਨਾਲ ਆਧਾਰ ਕਾਰਡ ਨੂੰ ਲਾਂਚ ਕੀਤਾ ਪਰ ਬਦਕਿਸਮਤੀ ਸਾਡੇ ਦੇਸ਼ ਦੀ ਹੈ ਸਾਡੇ ਦੇਸ਼ ਦੀ ਸਰਕਾਰਾਂ ਇਦਾਂ ਦੀਆਂ ਨੇ ਕਿ ਉਹ ਕਹਿੰਦੇ ਨਾ ਕਿ ਵੀ ਆਪਣਾ ਨਕਲ ਵਾਸਤੇ ਵੀ ਐਕਲ ਚਾਹੀਦੀ ਹੁੰਦੀ ਹੈ ਸ਼ਾਇਦ ਸਰਕਾਰ ਨੇ ਉਹ ਅਕਲ ਨਹੀਂ ਵਰਤੀ ਆਧਾਰ ਕਾਰਡ ਅੱਜ ਹਰ ਚੀਜ਼ ਨਾਲ ਲਿੰਕ ਕੀਤਾ ਗਿਆ ਹੈ ਚਾਹੇ ਉਹ ਬੈਂਕ ਹੋ ਗਿਆ ਚਾਹੇ ਟੈਲੀਫੋਨ ਹੋ ਗਿਆ ਤੇ ਹਰ ਚੀਜ਼ ਨਾਲ ਆਧਾਰ ਕਾਰਡ ਲਿੰਕ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਜੇ ਆਪਾਂ ਆਧਾਰ ਕਾਰਡ 'ਚ ਦੇਖ ਲਈਏ ਇੱਕ ਬੰਦੇ ਦਾ ਡੇਟ ਆਫ ਬਰਥ ਹੀ ਕਿੰਨਾ ਡਿਫਰ ਕਰਦਾ ਹੈ ਕਿਤੇ ਡੇਟ ਆਫ ਬਰਥ ਰਖ ਸਿਰਫ ਏਅਰ ਲਿਖਿਆ ਹੁੰਦਾ ਹੈ ਕਿਤੇ ਤੁਸੀਂ ਦੇਖੋ ਜੇ ਇੱਕ ਇੱਕ ਘਰ ਚ ਇੱਕ ਇੱਕ 2004 ਇੱਕ ਇੱਕ 2010 ਇੱਕ ਇੱਕ 1996 ਇੱਕ ਇੱਕ ਮਤਲਬ ਇੱਕ ਇੱਕ ਡੇਟ ਆਫ ਬਰਥ ਠੀਕ ਨਹੀਂ ਹੁੰਦਾ ਉਹ ਸਿੱਧਾ 1 ਜਨਵਰੀ 1 ਜਨਵਰੀ 1 ਜਨਵਰੀ ਚੱਲ ਰਿਹਾ ਹੁੰਦਾ ਤੁਸੀਂ ਕਿਵੇਂ ਇਹਨੂੰ ਕਹਿ ਦੋਗੇ ਵੀ ਇਹ ਤੁਹਾਡਾ ਜਿਹੜਾ ਕਿ ਅੰਨਾ ਇੰਪੋਰਟੈਂਟ ਡਾਕੂਮੈਂਟ ਹੈ ਕਿ ਤੁਸੀਂ ਹਰ ਜਗ੍ਹਾ ਨੂੰ ਲਿੰਕ ਕਰੋ ਜਿੱਥੇ ਤੁਹਾਡਾ ਡੇਟ ਆਫ ਬਰਥ ਹੀ ਕਰੈਕਟ ਨਹੀਂ ਕਰ ਸਕੇ ਜਿਹੜੀ ਕੰਪਨੀਆਂ ਨੂੰ ਕਰੋੜਾਂ ਅਰਬ ਪੈ ਦੇਆ ਗਿਆ ਹੂੰ ਉਹਨਾਂ ਨੇ ਇਹ ਜਿਹੜੀ ਇਨਫੋਰਮੇਸ਼ਨ ਕਲੈਕਟ ਕੀਤੀ ਹੈ ਇਹ ਹੀ ਅਧੂਰੀ ਇਨਫੋਰਮੇਸ਼ਨ ਕਲੈਕਟ ਕੀਤੀ ਹੈ ਮੇਰਾ ਫਸਟ ਪੁਆਇੰਟ ਹੈ ਤੇ ਸੈਕੰਡ ਪੁਆਇੰਟ ਜਿਹੜਾ ਹੈਗਾ ਕਿ ਆਪਾਂ ਹੁਣ ਜਿੱਦਾਂ ਇਹ ਗੱਲ ਕਰਦੇ ਆਪਾਂ ਯੂਆਈਡਿੀ ਡਿਪਾਰਟਮੈਂਟ ਕਹਿੰਦਾ ਵੀ ਜਿਹੜੀ ਇਨਫੋਰਮੇਸ਼ਨ ਤੁਸੀਂ ਇੱਕ ਆਪਣਾ ਇੱਕ ਰਿਪੋਰਟ ਨੇ ਰਿਪੋਰਟ ਚ ਆਈ ਹੈ ਵੀ ਇਹ ਝੂਠ ਹੈ ਇਹ ਆਧਾਰ ਕਾਰਡ ਲੀਕ ਨਹੀਂ ਹੋ ਸਕਦਾ ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੰਨਾ ਟੈਲੀਫੋਨ ਕੰਪਨੀਆਂ ਹੈਗੀਆਂ ਜਿੱਥੇ ਏਅਰਟੈਲ ਹੈ ਚ ਕੋਈ ਵੀ ਹੋ ਜਿੰਨੀ ਵੀ ਟੈਲੀਫੋਨ ਕੰਪਨੀਆਂ ਹੈਗੀਆਂ ਆਪਾਂ ਨੂੰ ਸਭ ਨੂੰ ਰੋਜ਼ ਘੜਨੀ ਘੜਤੂ ਘੜ 10 ਤੇ 15 ਬਿਜ਼ਨਸ ਕਾਲਸ ਆਣੀਆਂ ਕਦੇ ਕਿਸੇ ਇੰਸ਼ੋਰੈਂਸ ਕੰਪਨੀ ਦੇ ਕਦੇ ਕਿਸੇ ਹੋਰ ਕੰਪਨੀ ਦੀ ਉਹ ਕਿੱਥੋਂ ਨੰਬਰ ਲੀਕ ਹੁੰਦੇ ਆ ਔਰ ਟੈਲੀਫੋਨ ਕੰਪਨੀ ਤੋਂ ਲੀਕ ਹੁੰਦੇ ਆ ਈਵਨ ਕਿ ਟੈਲੀਫੋਨ ਕੰਪਨੀਆਂ ਨੇ ਡੀ ਐਨ ਡੀ ਸਿਸਟਮ ਵੀ ਸ਼ੁਰੂ ਕਰਤੇ ਆ ਡੂ ਨੋਟ ਡਿਸਟਰਬ ਸਿਸਟਮ ਮਤਲਬ ਸਰਕਾਰ ਟੈਲੀਫੋਨ ਕੰਪਨੀਆਂ ਤੇ ਇਹ ਨਕੇਲ ਨਹੀਂ ਪਾ ਸਕੀ ਕਿ ਤੁਸੀਂ ਦੀ ਤੁਸੀਂ ਕੀ ਦੀ ਪ੍ਰਾਈਵੇਟ ਇਨਫੋਰਮੇਸ਼ਨ ਨਹੀਂ ਦੇ ਸਕਦਾ ਹੋ ਸਕਦਾ ਆਨਲਾਈਨ ਟਾਈਮ ਤੇ ਵੀ ਸ਼ੁਰੂ ਹੋ ਜੇ ਕਿ ਤੁਹਾਡੇ ਆਧਾਰ 'ਤੇ ਜੇ ਤੁਸੀਂ ਇਨਫੋਰਮੇਸ਼ਨ ਰੋਕਣੀ ਹੈ ਤਾਂ ਉਹਦੀ ਵੀ ਡੀ ਐਨ ਡੀ ਸਰਵਿਸ ਸ਼ੁਰੂ ਹੋ ਜੇ ਕਿ ਟੈਲੀਕਮ ਕੰਪਨੀ ਮੈਂ ਮੈਂ ਉਹੀ ਗੱਲ ਤੇ ਆਣਾ ਚਾਹੁੰਦਾ ਮੈਂ 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 ਉਹੀ ਗੱਲ ਤੇ ਆਣਾ ਚਾਹੁੰਦਾ ਹੈ ਵੀ ਜਿਹੜੀ ਟੈਲੀਕਮ ਟੈਲੀਫੋਨ ਕੰਪਨੀ ਤੁਹਾਡਾ ਫੋਨ ਨੰਬਰ ਬਿਜ਼ਨਸ ਪ੍ਰਾਈਵੇਟ ਲਿਮਿਟਿਡਸ ਨੂੰ ਪ੍ਰੋਵਾਈਡ ਕਰ ਰਹੀ ਹੈ ਕਿ ਉਹੀ ਟੈਲੀਫੋਨ ਕੰਪਨੀ 'ਚ ਬੈਠੇ ਲੋਕ ਜਿਹੜੀ ਤੁਹਾਡੀ ਇਨਫੋਰਮੇਸ਼ਨ ਟੈਲੀਫੋਨ ਦੇ ਲੀਕ ਕਰ ਰਹੇ ਕਿ ਉਹ ਆਧਾਰ ਕਾਰਡ ਦੇ ਲੀਕ ਕਰਨਗੇ ਉਹਨਾਂ ਵਾਸਤੇ ਕਿੰਨੀ ਕੋਕੀ ਗੱਲ ਹੈ ਬੜਾ ਇਲੀਜੀ ਹੈ ਆਧਾਰ ਕਾਰਡ ਦੀ ਇਨਫੋਰਮੇਸ਼ਨ ਲੀਕ ਕਰਨਾ ਉਹ ਵੀ ਤੁਹਾਡੀ ਬਾਇਓਮੈਟ੍ਰਿਕ ਲੈਂਦੇ ਆ ਤੁਹਾਡੇ ਅੰਗੂਠੇ ਉਂਗਲੀ ਦਾ ਨਿਸ਼ਾਨ ਲੈਂਦੇ ਆ ਟੈਲੀਫੋਨ ਵਾਲੇ ਵੀ ਤੇ ਤ ਇਹ ਪਾ ਗੱਲ ਕਰੀਏ ਆਨਰੇਬਲ ਸੁਪਰੀਮ ਕੋਰਟ ਨੇ 31 ਮਾਰਚ 2018 ਤੱਕ ਆਧਾਰ ਕਾਰਡ ਨੂੰ ਜ਼ਰੂਰੀ ਨਹੀਂ ਸਮਝਿਆ ਰੋਕ ਲਾਈ ਹੋਈ ਹੈ ਵੀ ਇਹ ਜ਼ਰੂਰੀ ਡਾਕੂਮੈਂਟ ਨਹੀਂ ਹੈ ਪਰ ਸਾਡੇ ਫਿਰ ਦੇਸ਼ ਦੀ ਬਦਕਿਸਮਤੀ ਸਾਡੇ ਦੇਸ਼ ਦੇ ਇੱਕ ਤਾਨਾਸ਼ਾਹ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਬੈਠੇ ਨੇ ਜਿਹੜੇ ਕਿ ਸੁੱਤੇ ਉੱਠ ਕੇ ਇੱਕ ਡਿਕਟੇਟਰਸ਼ਿਪ ਇੱਕ ਫਰਮਾਨ ਇਸ਼ੂ ਕਰ ਦਿੰਦੇ ਆ ਬਿਨਾ ਸੋਚੇ ਸਮਝੇ ਬਿਨਾ ਉਹਦੀ ਪਾਲਿਸੀ ਬਣਾਏ ਜਿੱਦਾਂ GST ਹੋਇਆ ਨੋਟਬੰਦੀ ਹੋਇਆ ਬਿਨਾ ਕੋਈ ਪਾਲਿਸੀ ਬਣਾ ਬਣਾ ਕੇ ਲਾਂਚ ਕਰਤੇਗੇ ਅੱਜ ਤੱਕ ਲੋਕ 29 ਦਿਨ ਭੁਗਤ ਰਹੇ ਆ ਇਹ ਸਾਡੀ ਸੋਸ਼ਲ ਸਿਕਿਉਰਿਟੀ ਜਿਹੜੀ ਹੈਗੀ ਹੈ ਇਹ ਸਿਰਫ ਜਸਟ ਬਿਕੋਜ਼ ਆਫ ਇੰਡੀਅਨ ਗਵਰਨਮੈਂਟ ਇਹ ਬ੍ਰੀਚ ਆਫ ਟਰਸਟ ਜਿਹੜਾ ਹੈਗਾ ਸਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਦ ਵੀ ਆਪਾਂ ਵੈਂਡਰਸ ਤੋਂ ਕਰਵਾਈਆਂ ਜਾਂਦੀਆਂ ਨੇ ਕਿਉਂਕਿ ਅਮਰੀਕਾ ਦੇ ਵਿੱਚ ਵੀ FBI ਦਾ ਉਹ ਜਿਹੜਾ ਐਡਵਰਡ ਸਨੋਡਨ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਵੀ ਇਹ ਵੈਂਡਰਸ ਤੋਂ ਕਰਵਾਈਆਂ ਜਾਂਦੀਆਂ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਪ੍ਰਾਈਵੇਟ ਹੁੰਦੀਆਂ ਉਹ ਅਕਸਰ ਉਹ ਸਾਹਮਣੇ ਏਦਾਂ ਦੇ ਮਾਮਲੇ ਮਾਮਲੇ ਆ ਜਿਹੜੇ ਸਾਹਮਣੇ ਆ ਜਾਂਦੇ ਆ ਟਿੰਨਾ ਸਾਹਿਬ ਇਹ ਨੈਸ਼ਨਲ ਸਿਕਿਉਰਿਟੀ ਦੇ ਲਈ ਕਿੱਡਾ ਵੱਡਾ ਖਤਰਾ ਮੰਨਦੇ ਹੋ ਤੁਸੀਂ ਇਹਨਾਂ ਚੀਜ਼ਾਂ ਨੂੰ ਹੁਣ ਔਰ ਇਹਨਾਂ ਨੂੰ ਟੇਕ ਅਪ ਕਰਨ ਦੀ ਲੋੜ ਹੈ ਮੈਂ ਤਾਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਗੁਰਪ੍ਰੀਤ ਜੀ ਖਾਲੀ ਆਪਾਂ ਬੈਂਕਿੰਗ ਫਰੌਡਸ ਤੇ ਨਾ ਜਾਈਏ ਜਿਹੜੇ ਆਪਣੇ ਬਾਇਓਮੈਟ੍ਰਿਕਸ ਹੈ ਉਹ ਜ਼ਿਆਦਾ ਡੇਂਜਰਸ ਨੇ ਹੂੰ ਉਹ ਜਿਆਦਾ ਡੇਂਜਰਸ ਨੇ ਮੈਂ ਇੱਥੇ ਸਰ ਰਾਦਰ ਸਰਕਾਰ ਨੂੰ ਇਹ ਸੁਝਾਅ ਦੇਣਾ ਜਾਵਾਂਗਾ ਵੀ ਕੋਈ ਤੁਗਲਕੀ ਫਰਮਾਨ ਦੇਣ ਤੋਂ ਪਹਿਲਾਂ ਆਪੋਜੀਸ਼ਨ ਪਾਰਟੀਆਂਜ਼ ਨੂੰ ਪੋਲਿਟੀਕਲ ਪਾਰਟੀਆਂ ਦੀ ਰਾਏ ਲੈ ਲਿਆ ਕਰੋ ਇਕੱਲੇ ਤੁਸੀਂ ਹੀ ਸਿਆਣੇ ਨਹੀਂ ਹੈਗੇ ਇਸ ਦੇ ਦੇਸ਼ 'ਚ ਹੋਰ ਵੀ ਸਿਆਣੇ ਬਹੁਤ ਬੈਠੇ ਨੇ ਤੁਸੀਂ ਆਪੋਜੀਸ਼ਨ ਤੋਂ ਪੁੱਛ ਲਓ ਕੋਰ ਗਰੁੱਪਸ ਨੂੰ ਪੁੱਛ ਲਓ ਲੋਕਾਂ ਦੀ ਰਾਏ ਤਾਂ ਲੈ ਲਓ ਕੋਈ ਚੀਜ਼ ਕੰਮ ਕਰਨ ਵਾਸਤੇ ਠੀਕ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲੋਗੇ ਸ਼ਾਇਦ ਕੋਈ ਤੁਹਾਡੇ ਤੋਂ ਜ਼ਿਆਦਾ ਵੀ ਸਿਆਣਾ ਹੋਵੇ ਔਰ ਤੁਹਾਨੂੰ ਕੋਈ ਸਲਾਹ ਦੇ ਜਾਵੇ ਠੀਕ ਹੈ ਠੀਕ ਹੈ ਪ੍ਰਸ਼ਾਦ ਸਾਹਿਬ ਅੰਮ ਆਖਰੀ 1-2 ਮਿੰਟ ਮੇਰੇ ਕੋਲ ਉਹਦੇ ਨਾਲ ਦੇਸ਼ ਦਾ ਹੀ ਪਲਾ ਹੋ ਜਾਏਗਾ ਠੀਕ ਹੈ ਪ੍ਰਾਸ਼ਾਪਾ ਸਰ ਆਖਰੀ 1-2 ਮਿੰਟ ਮੈਂ ਲਾਸਟ ਕਮੈਂਟ ਤੁਹਾਡਾ ਲੈਣਾ ਹੁਣ ਜੋ ਬਰੀਚ ਹੋਣਾ ਸੀ ਉਹ ਸਭ ਦੇ ਸਾਹਮਣੇ ਆ ਚੁੱਕਾ ਹੈ ਪਰ ਇੱਥੇ ਹੁਣ ਕੀ ਕੀ ਕਰਨ ਦੀ ਲੋੜ ਹੈ ਤਾਂ ਕਿ ਜਵਾਬਦੇਹੀ ਉਹਨਾਂ ਲੋਕਾਂ ਦੀ ਤੈਅ ਹੋ ਸਕੇ ਜਿਹੜੇ ਵੈਂਡਸ ਲਗਾਏ ਹੋਏ ਸੀ ਜਿਹੜੇ ਵਿਲੇਜ ਲੈਵਲ ਐਂਟਰਪ੍ਰਾਈਜ਼ਸ ਜਿਨ੍ਹਾਂ ਨੂੰ ਪ੍ਰਾਈਵੇਟ ਤੌਰ ਤੇ ਠੇਕੇਦਾਰਾਂ ਨੂੰ ਕੰਮ ਦਿੱਤਾ ਹੋਇਆ ਸੀ ਉਹਨਾਂ ਨੂੰ ਇੱਕ ਵਾਰੀ ਚੈੱਕ ਕੀਤਾ ਜਾਵੇ ਉਹਨਾਂ ਨੇ ਕਿਤੇ ਇਨਫੋਰਮੇਸ਼ਨਾਂ ਜਿਹੜੀਆਂ ਸਿਲੌਟ ਤਾਂ ਨਹੀਂ ਕਰਤੀਆਂ ਫਿਰ ਇੱਕ ਐਡਮਿਨ ਹੈ ਜਿਹੜਾ ਉਹ ਦੂਜੇ ਨੂੰ ਐਡਮਿਨ ਬੜੀ ਆਸਾਨੀ ਨਾਲ ਬਣਾ ਕੇ ਸਾਰਾ ਡਾਟਾ ਐਕਸੈਸ ਦੇ ਦਿੰਦਾ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਦਰਸਤ ਕੀਤਾ ਜਾਣ ਦੀ ਲੋੜ ਹੈ ਦੇਖੋ ਜੀ ਹਾਲਾਂਕਿ ਅੱਜ ਇਹ 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 ਯੂਨੀਕ ਆਈਡੀ ਜਿਹੜੀ ਅਥਾਰਟੀ ਆਫ ਇੰਡੀਆ ਨੇ ਇਸ ਖਬਰ ਦਾ ਟਾਈਟਲ ਇਸ਼ੂ ਕੀਤਾ ਹੈ ਲੇਕਿਨ ਮੈਂ ਸਮਝਦਾ ਹਾਂ ਕਿ ਤੂੰ ਇਦਾਂ ਪੇਪਰ ਵਰਕ ਕਰਕੇ ਕਵਰ ਅਪ ਕਰਕੇ ਕੰਮ ਨਹੀਂ ਚੱਲੇਗਾ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਲੋੜ ਹੈ ਲੋੜ ਹੈ ਇਹ ਲੀਕ ਕਿੱਥੋਂ ਹੋਈ ਕਿਉਂ ਹੋਈ ਔਰ ਇਹਨੂੰ ਪ੍ਰੀਵੈਂਟ ਕਰਨ ਦਾ ਕੀ ਤਰੀਕਾ ਹੈ ਉਹਦੇ ਤੱਕ ਜਿੰਨੇ ਦਰ ਤੇ ਲੋਕਾਂ ਨੇ ਜਿਹਨਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਹੈ ਉਹਨਾਂ ਦੇ ਖਿਲਾਫ ਡੈਟਰੈਂਟ ਐਕਸ਼ਨ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਦੀ ਬ੍ਰੀਚ ਹੈ ਹੁੰਦੀ ਰਹੇਗੀ ਔਰ ਸਾਡੇ ਸਾਰਿਆਂ ਦੀ ਸਿਕਿਉਰਿਟੀ ਸਾਰਿਆਂ ਦੀ ਆਈਡੀ ਸਾਰਿਆਂ ਦੀ ਪਰਸਨਲ ਇਨਫੋਰਮੇਸ਼ਨ ਉਹ ਪਬਲਿਕ ਡੋਮੇਨ ਜਾਂਦੇ ਰਹੇਗੀ ਜਿਹੜੇ ਕਿਸੇ ਵੀ ਤਰ੍ਹਾਂ ਐਕਸੈਪਟੇਬਲ ਨਹੀਂ ਹੈ ਤਾਂ ਇਹਦੇ ਵਿੱਚ ਸਰਕਾਰ ਨੂੰ ਇੱਕ ਤਰ੍ਹਾਂ ਪੂਰਾ ਮਾਮਲੇ ਦੇ ਤਹਿ ਤੱਕ ਜਾ ਕੇ ਜੋ ਬੰਦੇ ਅਸਲੀ ਜ਼ਿੰਮੇਦਾਰ ਹੈ ਉਹਨੂੰ ਫੜਕੋ ਉਹਨਾਂ ਦੇ ਖਿਲਾਫ ਐਕਸ਼ਨ ਲਾਓ ਬਿਲਕੁਲ ਕਿਉਂਕਿ ਜੇ ਇਸ ਵਾਰ ਤੁਸੀਂ ਸਪੇਅਰ ਕਰਦੇ ਹੋ ਕਿਸੇ ਦੇ ਇਸ ਵਾਰ ਕਾਰਵਾਈ ਨਹੀਂ ਕੀਤੀ ਜਾਂ ਫਿਰ ਮੁਆਫੀ ਉਹਨਾਂ ਨੂੰ ਸ਼ੂਰ ਪ੍ਰੋਸੈਸ ਕੀਤਾ ਜਾ ਸਕਦਾ ਹੈ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਇਸ ਵਿਚਾਰ ਚਰਚਾ ਦੇ ਵਿੱਚ ਜੁੜਨ ਦੇ ਲਈ ਅੱਜ ਦਾ ਸਵਾਲ ਜੋ ਅਸੀਂ ਦਰਸ਼ਕਾਂ ਤੋਂ ਪੁੱਛਿਆ ਸੀ ਕੀ ਆਧਾਰ ਕਾਰਡ ਜਾਣਕਾਰੀ ਲੀਕ ਕਾਂਡ ਦਾ ਪੂਰਾ ਸੱਚ ਸਾਹਮਣੇ ਆਉਣਾ ਚਾਹੀਦਾ ਇਹ ਸਵਾਲ ਸੀ ਦਰਸ਼ਕਾਂ ਦੀ رائے ਦੇ ਰੂਪ ਚ ਜੋ ਜਵਾਬ ਸਾਨੂੰ ਮਿਲੇ ਨੇ 88% ਲੋਕ ਮੰਨਦੇ ਨੇ ਕਿ ਇਹਦੇ ਤੇ ਇਹਦਾ ਜਿਹੜਾ ਪੂਰਾ ਸੱਚ ਆ ਸਾਹਮਣੇ ਆਉਣਾ ਚਾਹੀਦਾ ਔਰ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ 12% ਲੋਕ ਇਸ رائے ਦੇ ਨਾਲ ਸਹਿਮਤ ਨਹੀਂ